ਜੋ ਦਿਹਾੜਾ ਹੈ ਜਿਸ ਦਿਨ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਸੋਢੀ ਸੁਲਤਾਨ ਗੁਰੂ ਨਾਨਕ ਨਿਰੰਕਾਰੀ ਦੇ ਮਹਾਨ ਤਖ਼ਤ ਤੇ ਸੁਸ਼ੋਭਿਤ ਹੋਏ। ਅੱਜ ਦੇ ਦਿਨ ਹੀ ਪਾਤਸ਼ਾਹ ਨੂੰ ਇਹ ਤਖ਼ਤ ਹਾਸਲ ਹੋਇਆ ਸੀ ਔਰ ਤਖ਼ਤ ਹਾਸਲ ਕਿਵੇਂ ਹੁੰਦਾ ਹੈ, ਇਸ ਤਖ਼ਤ ਦੇ ਉੱਤੇ ਉਹ ਸੁਭਾਇਮਾਨ ਕਿਵੇਂ ਹੋਏ ਨੇ, ਬਚਪਨ ਤੋਂ ਲੈ ਕੇ ਪਰ ਜਵਾਨੀ ਤੱਕ ਉਹਨਾਂ ਤੇ ਕੈਸੇ ਹਾਲਾਤ ਰਹੇ ਨੇ ਤੇ ਕਿਵੇਂ ਗੁਰੂ ਨਾਨਕ ਦੇ ਦਰ ਨੇ ਉਹਨਾਂ ਦੀ ਬਾਂਹ ਫੜੀਏ। ਆਪਾਂ ਯਤਨ ਕਰਾਂਗੇ ਉਸ ਅਗੰਮੀ ਬਰਕਤਾਂ ਨਾਲ ਭਰਪੂਰ ਗੁਰੂ ਰਾਮਦਾਸ ਪਾਤਸ਼ਾਹ ਦੇ ਜੀਵਨ ਤੇ ਚਾਨਣਾ ਪਾ ਸਕੀਏ। ਦੀਨ ਦੁਨੀਆ ਦੇ ਮਾਲਕ 1561 ਬਿਕਰਮੀ ਕੱਤਕ ਵਧੀ ਦੂਜ 1561 ਬਿਕਰਮੀ ਕੱਤਕ ਵਧੀ ਦੂਜ ਇਸ ਦੁਨੀਆ ਦੇ ਉੱਤੇ ਅਵਤਾਰ ਧਾਰਦੇ ਨੇ। ਚੂਨਾ ਮੰਡੀ ਲਾਹੌਰ ਉਹ ਜਗ੍ਹਾ ਹੈ ਜਿੱਥੇ ਆਗਾਜ਼ ਹੁੰਦਾ ਹੈ ਬਾਬਾ ਹਰਦਾਸ ਜੀ ਦੇ ਗ੍ਰਹਿ ਵਿਖੇ। ਮਾਤਾ ਦਇਆ ਕੌਰ ਜੀ ਦੇ ਹਿਰਦੇ ਵਿੱਚ ਪ੍ਰਕਾਸ਼ ਹੁੰਦਾ ਹੈ ਔਰ ਪ੍ਰੇਮ ਦੇ ਨਾਲ ਪਰਿਵਾਰ ਜੇਠਾ ਕਹਿ ਦਿਆ ਕਰਦਾ ਸੀ ਇਹਨਾਂ ਨੂੰ। ਦੇਵਲੇ ਤੈਸੀ ਹੋਈ ਹੈ, ਹਾਲਾਤ ਐਸੇ ਬਣੇ ਨੇ ਵੀ ਮਾਤਾ ਪਿਤਾ ਛੋਟੀ ਉਮਰੇ ਹੀ ਕਾਲ ਚਲਾਣਾ ਕਰ ਗਏ ਤੇ ਬਾਸਰ ਕੇ ਨਾਨਕੇ ਸਨ ਪਾਤਸ਼ਾਹ ਦੇ। ਇੱਥੋਂ ਨਾਨੀ ਜਿਹੜੀ ਸੀ ਨਾ ਬਾਬੇ ਜੇਠੇ ਦੀ, ਉਹ ਬਾਸਰ ਕੇ ਤੋਂ ਚੱਲ ਕੇ ਇੱਥੇ ਆਈ ਹੈ ਲਾਹੌਰ ਦੀ ਚੂਨਾ ਮੰਡੀ। ਹੁਣ ਪਿਤਾ ਹੈ ਨਹੀਂ, ਮਾਂ ਹੈ ਨਹੀਂ ਤੇ ਸ਼ਰੀਕ ਜਿਹੜੇ ਨੇ ਨਾ ਚਾਚੇ ਤਾਏ ਜਿਹੜੇ ਉਹਨਾਂ ਨੇ ਵੀ ਬਾਂਹ ਨਹੀਂ ਫੜੀ ਵੀ ਉਮਰ ਛੋਟੀ ਹੈ, ਇਹਦੇ ਪੜ੍ਹਨ ਦੇ ਖੇਡਣ ਕੁੱਦਣ ਦੇ ਦਿਨ ਨੇ। ਪਰਿਵਾਰ ਹੈ, ਬਲੱਡ ਰਿਲੇਸ਼ਨ ਹੈ ਔਰ ਅਵਸਥਾ ਛੋਟੀ ਹੈ, ਬਾਲਕ ਨੇ, ਕੋਈ ਇਹਨਾਂ ਦੀ ਬਾਂਹ ਫੜੀ ਜਾਵੇ, ਕੋਈ ਮਦਦ ਕੀਤੀ ਜਾਵੇ ਨਹੀਂ, ਕੋਈ ਰੋਟੀ ਟੁੱਕ ਨਹੀਂ ਦਿੰਦਾ। ਕਈ ਵਾਰ ਹਾਲਾਤ ਜੀਵਨ ਵਿੱਚ ਐਸੇ ਬਣ ਜਾਂਦੇ ਨੇ, ਪਰਖ ਹੋ ਜਾਂਦੀ ਹੈ ਸੰਗੀਆਂ ਸਾਥੀਆਂ ਰਿਸ਼ਤੇਦਾਰਾਂ ਦੀ, ਸਭ ਵੇਖ ਲਿਆ ਬਾਬੇ ਜੇਠੇ ਨੇ, ਉਲਟਾ ਖੁਸ਼ ਨੇ ਵੀ ਕਦੋਂ ਬਾਬੇ ਹਰਦਾਸ ਦੇ ਘਰ ਨੂੰ ਜਿੰਦਰਾ ਲੱਗੇ। ਆਂਢੀ ਗੁਆਂਢੀ ਮਾਂ ਘੁੰਗਣੀਆਂ ਉਬਾਲ ਦਿੰਦੀ ਹੈ, ਨਾਨੀ ਬਾਜ਼ਾਰਾਂ ਝੋਕਾ ਦਿੰਦੇ ਨੇ ਔਰ ਸੁਭਾਅ ਵੇਖੋ, ਦੁਨੀਆਂ ਦੇ ਸਭ ਤੋਂ ਵੱਡੇ ਤਖ਼ਤ ਦਾ ਮਾਲਕ ਬਣਨਾ ਹੈ, ਇਹ ਜਿਹੜੀਆਂ ਬਰਕਤਾਂ ਨੇ ਤੇ ਬਚਪਨ ਤੋਂ ਹੀ ਹੋਣਗੀਆਂ ਨਾ, ਤੈਂ ਜਨਮਤ ਗੁਰਮਤ ਬ੍ਰਹਮ ਪਛਾਣੇ। ਇਹ ਠੀਕ ਹੈ ਤਖ਼ਤ ਦੇ ਮਾਲਕ ਕਦੋਂ ਬਣਦੇ ਨੇ ਉਹ ਵਿਸ਼ਾ ਵੱਖਰਾ ਹੈ, ਪਰ ਜਿਹੜੇ ਸਰੀਰ ਨੇ ਅਕਾਲ ਪੁਰਖ ਦੀ ਜੋਤ ਨੂੰ ਟਿਕਾਉਣਾ ਹੈ ਅੰਦਰ, ਉਹ ਸਰੀਰ ਕੋਈ ਅਗੰਮੀ ਤਾਕਤਾਂ ਦਾ ਮਾਲਕ ਹੋਵੇਗਾ ਪ੍ਰਕਾਸ਼ ਤੋਂ ਹੀ, ਜਨਮ ਤੋਂ ਹੀ। ਹੁਣ ਸੇਵਾਦਾਰ ਦੇ ਗੁਰੂ ਘਰ ਲੱਖਾਂ ਨੇ, ਹਰੇਕ ਨੂੰ ਤੇ ਤਖ਼ਤ ਨਹੀਂ ਮਿਲਦਾ। ਹਾਂ, ਝੋਲੀਆਂ ਭਰ ਕੇ ਦਾਤਾਂ ਸਾਨੂੰ ਮਿਲ ਜਾਂਦੀਆਂ ਨੇ, ਪਰ ਜੇ ਆਖੋ ਵੀ ਸੇਵਾ ਨਾਲ ਸਾਨੂੰ ਗੁਰੂ ਨਾਨਕ ਦਾ ਤਖ਼ਤ ਮਿਲ ਜੇ ਤੇ ਭੁਲੇਖਾ ਹੈ, ਉਹ ਮੁਕਰਰ ਹੋ ਚੁੱਕਿਆ ਹੈ ਧੁਰ ਦਰਗਾਹੋਂ ਵੀ ਅਕਾਲ ਪੁਰਖ ਦੀ ਜੋਤ ਜੋ ਦਸ ਜਾਮੇ ਪਹਿਨੇ ਉਹ ਜਾਮੇ ਤਾਂ ਹੋ ਚੁੱਕੇ ਨੇ, ਪਰ ਉਹ ਦਰਸਾਉਣਾ ਇਹ ਸੀ ਵੀ ਉਹ ਜਿਹੜੇ ਤਖ਼ਤੋ ਤਾਜ ਨੇ ਉਹ ਸੇਵਾ ਸਿਮਰਨ ਨਾਲ ਮਿਲਦੇ ਨੇ ਸਿੱਖੀ ਅੰਦਰ। ਹੋਰ ਇਹ ਨਹੀਂ ਵੀ ਜਿਵੇਂ ਦੁਨੀਆਂ ਵਿੱਚ ਹੁੰਦਾ ਵੀ ਲੀਡਰ ਦਾ ਕਾਕਾ ਲੀਡਰ, ਸਰਪੰਚ ਦਾ ਕਾਕਾ ਸਰਪੰਚ, ਏਦਾਂ ਨਹੀਂ ਤਖ਼ਤ ਮਿਲਦਾ ਹੈ। ਇਹ ਮਿਲਦਾ ਹੈ ਸੇਵਾ ਕਰਤ ਹੋਏ ਨੇ ਕਾਮੀ ਤਿਸਕਾ ਹੋਤ ਪ੍ਰਾਪਤ ਸਵਾਮੀ, ਇਹ ਤਖ਼ਤ ਸੇਵਾ ਨਾਲ ਮਿਲਦੇ ਨੇ। ਖੈਰ,
ਸੁਭਾਅ ਪਹਿਲੇ ਦਿਨ ਤੋਂ ਹੀ ਗੁਰਮੁਖ ਹੈ ਵੀ ਜੇ ਤੇ ਕੋਈ ਸਾਧੂ ਸੰਤ ਮਿਲਦਾ ਹੈ ਤੇ ਘੁੰਗਣੀਆਂ ਦਾ ਸ਼ਾਬਾ ਉਹਦੀ ਝੋਲੀ ਕਰ ਦਿੰਦੇ ਨੇ, ਉਹਦਾ ਜੇ ਕੁਝ ਦੇ ਦੇਵੇ ਠੀਕ ਹੈ, ਨਹੀਂ ਤੇ ਸਤ ਕਰਤਾਰ ਹੀ ਹੈ। ਤੇ ਜੇ ਕੋਈ ਟਕਾ ਦੇ ਦਿੰਦਾ ਹੈ, ਘਰ ਲੈ ਆਉਂਦੇ ਨੇ, ਕੋਈ ਥੋੜੀ ਬਹੁਤੀ ਰਸਤ ਨਾਨੀ ਲੈ ਆਉਂਦੀ ਹੈ ਤੇ ਇੱਦਾਂ ਪ੍ਰਸ਼ਾਦਾ ਪਾਣੀ ਚੱਲਦਾ ਹੈ। ਕਹਿੰਦੇ ਨੇ ਵੀ ਬੰਦੇ ਦੇ ਜਦੋਂ ਹਾਲਾਤ ਮਾੜੇ ਹੋਣ, ਦੁੱਖਾਂ ਲੱਦੀ ਘੜੀ ਜੀਵਨ ਵਿੱਚ ਹੋਵੇ, ਲੋਕ ਗਲੀਆਂ ਚੋਂ ਕੱਖ ਤੇ ਸਾਂਭ ਲੈਂਦੇ ਨੇ, ਪਰ ਦੁਖਿਆਰੇ ਨੂੰ ਕੋਈ ਨਹੀਂ ਸਾਂਭਦਾ। ਖਾਸ ਕਰ ਸ਼ਰੀਕ ਜਿਹੜੇ ਨੇ ਉਹ ਜ਼ਿਆਦਾ ਥੱਲਾ ਲਾਉਣਗੇ। ਗਲੀਆਂ ਦੇ ਕੱਖਾਂ ਨਾਲੋਂ ਅੱਜ ਬਾਬਾ ਹੌਲਾ ਹੈ। ਬਚਪਨੇ ਵਿੱਚ ਕਿਰਤ ਕਰਨੀ ਪੈ ਗਈ, ਕੋਈ 6 ਸਾਲ ਦੀ ਉਮਰ ਹੈ, ਇਹ ਕੋਈ ਕਿਰਤ ਕਰਨ ਦੀ ਉਮਰ ਨਹੀਂ ਹੈ, ਸਕੂਲ ਜਾਣ ਦੀ ਹੱਸਣ ਖੇਡਣ ਦੀ ਉਮਰ ਹੈ। ਸ਼ਰੀਕਾਂ ਨੇ ਪੁੱਛਿਆ, ਸਾਰ ਨਹੀਂ ਲਈ, ਬੜੇ ਅਮੀਰ ਲੋਕ ਸਨ, ਸੋਢੀ ਵੰਸ਼ ਬੜੀ ਮਹਾਨ ਵੰਸ਼ ਸਮਝੀ ਗਈ ਹੈ, ਲਾਹੌਰ ਵਿੱਚ ਚੰਗਾ ਕਾਰੋਬਾਰ ਸੀ, ਖੈਰ ਪਿਤਾ ਨਾ ਰਹੇ, ਹਾਲਾਤ ਐਸੇ ਬਣ ਗਏ, ਨਾਨੀ ਨਾਲ ਲੈ ਕੇ ਆਪਣੇ ਦੋਤੇ ਨੂੰ ਅੱਜ ਜਿੰਦਰਾ ਮਾਰ ਕੇ ਬਾਬਾ ਹਰਦਾਸ ਦੇ ਘਰ ਨੂੰ ਤੇ ਚੱਲੀ ਹੈ। ਕਿਸੇ ਸ਼ਰੀਕ ਨੇ ਨਹੀਂ ਰੋਕਿਆ ਵੀ ਕਿੱਥੇ ਚੱਲੇ ਹੋ, ਕਿਉਂ ਚੱਲੇ ਹੋ। ਕਿਲਕਾਰੀਆਂ ਮਾਰ ਕੇ ਹੱਸਦੇ ਨੇ ਵੀ ਅਰਦਾਸ ਦੇ ਘਰ ਨੂੰ ਜਿੰਦਰਾ ਲੱਗ ਗਿਆ, ਇਹ ਸਮਝਦੇ ਨਹੀਂ। ਕਬੀਰ ਕਹਿੰਦੇ ਨੇ, ਦੇਖ ਇਹ ਸੰਸਾਰ ਸਾਗਰ ਹੈ, ਜੀਵਨ ਦੀ ਨਾਵ ਹਜੇ ਸਮੁੰਦਰ ਵਿੱਚ ਹੈ, ਪਤਾ ਕੋਈ ਨਹੀਂ ਇਹ ਡੁੱਬੇ ਕੇ ਤਰੇ, ਕਿਸੇ ਤੇ ਹੱਸਣਾ, ਗਰੀਬੀ ਤੇ ਹੱਸਣਾ ਇਹ ਨਹੀਂ ਚਾਹੀਦਾ। ਛਿਨ ਵਿੱਚ ਉਹ ਚਾਹਵੇ ਤੇ ਰਾਜਿਆਂ ਨੂੰ ਰੰਕ ਕਰ ਦਿੰਦਾ ਹੈ। ਰੰਕ ਇੱਥੇ ਰਾਜੇ ਬਣ ਜਾਂਦੇ ਨੇ। ਖੈਰ ਇੱਥੋਂ ਬਾਸਰ ਕੇ ਆ ਗਿਆ। ਹੁਣ ਬਾਸਰ ਕੇ ਨਗਰ ਸੀ ਗੁਰੂ ਅਮਰਦਾਸ ਪਾਤਸ਼ਾਹ ਦਾ, ਤੇ ਹਜੇ ਤਖ਼ਤ ਦੇ ਮਾਲਕ ਨਹੀਂ ਸਨ ਬਣੇ। ਜਦੋਂ ਪਤਾ ਲੱਗਾ ਗੁਰੂ ਅਮਰਦਾਸ ਬਜ਼ੁਰਗੀ ਵਿੱਚ ਸਨ, ਉਮਰ ਬੜੀ ਸੀ ਬਾਬੇ ਅਮਰਦਾਸ ਦੀ, ਤੇ ਜਿਸ ਘਰ ਵਿੱਚ ਕੋਈ ਦੁੱਖ ਦੀ ਘੜੀ ਆਈ ਹੋਵੇ, ਕੋਈ ਮੌਤ ਹੋਈ ਹੋਵੇ, ਤੇ ਆਪਾਂ ਹਿਰਖ ਕਰਨ ਚਲੇ ਹੀ ਜਾਂਦੇ। ਬਾਬੇ ਜੇਠੇ ਦੇ ਨਾਨਕਿਆਂ ਦੇ ਘਰ ਅੱਜ ਬਾਬਾ ਅਮਰਦਾਸ ਜੀ ਆਏ ਨੇ, ਤੇ ਨਾਨੀ ਦੇ ਨਾਲ, ਮਹਾਰਾਜ ਦੇ ਨਾਨੀ ਜੀ ਦੇ ਨਾਲ ਵੈਰਾਗ ਦੇ ਬਚਨ ਕੀਤੇ ਨੇ ਵੀ ਹਾਲਾਤ ਐਸੇ ਬਣ ਗਏ, ਬੱਚੇ ਦੇ ਮਾਤਾ ਪਿਤਾ ਨਹੀਂ ਰਹੇ, ਮੁਸ਼ਕਤਾਂ ਲੱਦਾ ਸਮਾਂ ਤੁਹਾਡੇ ਤੇ ਆਇਆ ਹੈ, ਕਦੇ ਵੀ ਲੋੜ ਹੋਵੇ ਪਾਤਸ਼ਾਹ ਕਹਿੰਦੇ ਅਸੀਂ ਹਾਜ਼ਰ ਹਾਂ। ਇੱਕ ਦੂਜੇ ਦਾ ਦੁੱਖ ਸੁੱਖ ਪਿੰਡਾਂ ਦੇ ਕਰਦੇ ਹੀ ਨੇ ਲੋਕ। ਸਮਾਂ ਬਣਿਆ, ਗੁਰੂ ਅਮਰਦਾਸ ਤਖ਼ਤ ਦੇ ਮਾਲਕ ਬਣ ਗਏ। ਗੁਰੂ ਅੰਗਦ ਸਾਹਿਬ ਨੇ ਤਖ਼ਤ ਬਖਸ਼ ਦਿੱਤਾ ਗੁਰੂ ਅਮਰਦਾਸ ਨੂੰ। ਨਾਨੀ ਹਾਲਾਤਾਂ ਤੋਂ ਵਾਕਿਫ ਹੈ ਔਰ ਗੁਰਮਤੀਆ ਸੁਭਾਅ ਸੀ, ਸੋਚਿਆ ਵੀ ਗੋਇੰਦਵਾਲ ਸਾਹਿਬ ਹੀ ਚਲੇ ਚੱਲੀਏ, ਵੇਚਣੀਆਂ ਤੇ ਘੁੰਗਣੀਆਂ ਨੇ, ਉੱਥੇ ਪੱਤਣ ਬੜਾ ਚੱਲਦਾ ਹੈ ਬਿਆਸ ਦਰਿਆ ਵਾਲਾ, ਉੱਥੇ ਬੱਚਾ ਵੇਚ ਆਇਆ ਕਰੇਗਾ, ਨਾਲੇ ਗੁਰੂ ਘਰ ਸੇਵਾ ਕਰੇਗਾ, ਦੁੱਖਾਂ ਦੀ ਘੜੀ ਵਿੱਚ ਪਰਮਾਤਮਾ ਨਾਲ ਜੁੜਿਆ ਰਹੇਗਾ, ਕਿਤੇ ਟੁੱਟ ਨਾ ਜਾਵੇ। ਨਾਨੀ ਲੈ ਕੇ ਗੋਇੰਦਵਾਲ ਸਾਹਿਬ ਆ ਗਈ ਹੈ। ਜਦੋਂ ਗੋਇੰਦਵਾਲ ਸਾਹਿਬ ਨਾਨੀ ਆ ਜਾਂਦੀ ਹੈ, ਮਾਤਾ ਨੇ ਸਮਾਂ ਨਜ਼ਦੀਕ ਜਾਣਿਆ, ਗੁਰੂ ਅਮਰਦਾਸ ਪਾਤਸ਼ਾਹ ਦੇ ਦਰ ਤੇ ਬੱਚੇ ਨੂੰ ਲੈ ਆਈ ਤੇ ਆਖਣ ਲੱਗੀ, ਮਹਾਰਾਜ ਤੁਹਾਨੂੰ ਗੁਰੂ ਅੰਗਦ ਸਾਹਿਬ ਦੇ ਦਰ ਤੋਂ ਬਰਕਤਾਂ ਹਾਸਲ ਨੇ, ਵੀ ਤੁਸੀਂ ਨਿਮਾਣਿਆਂ ਦੇ ਮਾਣ ਹੋ, ਨਿਤਾਣਿਆਂ ਦੇ ਤਾਣ ਹੋ, ਨਿਓਟਿਆਂ ਦੀ ਓਟ, ਨਿਆਸਰਿਆਂ ਦੇ ਆਸਰੇ, ਨਿਪੱਤਿਆਂ ਦੀ ਪੱਤ, 84 ਵਿੱਚ ਭੌਂਦੇ ਜਿਨ੍ਹਾਂ ਦੀ ਗੱਤ ਨਹੀਂ ਹੁੰਦੀ, ਨਿਗੱਤਿਆਂ ਦੀ ਗੱਤ,
ਇਹਦੇ ਮਾਤਾ ਪਿਤਾ ਨਹੀਂ, ਮੇਰਾ ਵੀ ਸਮਾਂ ਮਾਂ ਕਹਿੰਦੀ ਨੇੜੇ ਆਇਆ ਏ, ਇਹ ਲਾਵਾਰਸ ਹੈ, ਇਹਦੇ ਸਿਰ ਤੇ ਕੋਈ ਹੈ ਨਹੀਂ ਹੈ, ਤੇ ਕਿਰਪਾ ਕਰਕੇ ਇਹਦੇ ਸਿਰ ਦੀ ਛੱਤ ਬਣ ਜਾਇਓ, ਇਹਦੀ ਬਾਹ ਫੜ ਲਵੋ। ਮਾਤਾ ਦੇ ਬਚਨ ਸੁਣ ਕੇ ਆਖਣ ਲੱਗੇ, ਮਾਂ ਤੂੰ ਆਉਣ ਵਾਲੇ ਸਮੇਂ ਨੂੰ ਜਾਣ ਲਿਆ, ਪਰ ਤੇਰੀ ਨਦਰ ਦੀ ਇੱਕ ਸੀਮਾ ਹੈ, ਤੇ ਜਿੱਥੋਂ ਤੱਕ ਗੁਰੂ ਅਮਰਦਾਸ ਕਹਿੰਦੇ ਮੇਰੀ ਨਦਰ ਦੀ ਪਹੁੰਚ ਹੈ, ਉੱਥੋਂ ਤੱਕ ਤੂੰ ਵੇਖ ਨਹੀਂ ਪਾ ਰਹੀ। ਜਿਹਨੂੰ ਤੂੰ ਯਤੀਮ ਕਹਿੰਦੀ ਹੈ, ਕੁੱਲ ਕਾਇਨਾਤ ਦਾ ਮਾਲਕ ਤੇ ਖਸਮ ਬਣੇਗਾ। ਇਹ ਗੁਰੂ ਨਾਨਕ ਨਿਰੰਕਾਰੀ ਦੇ ਤਖ਼ਤ ਦਾ ਮਾਲਕ ਬਣੇਗਾ, ਇਹ ਲਿਵਾਰਿਸ ਹੋ ਕੇ ਲੱਖਾਂ ਨੂੰ ਆਪਣੇ ਦਰ ਤੇ ਸ਼ਰਨ ਦੇਵੇਗਾ। ਅੱਜ ਵੀ ਹਰਿਮੰਦਰ ਸਾਹਿਬ ਚਲੇ ਜਾਓ, 5-7 ਲੱਖ ਬੰਦਾ ਰੋਜ਼ ਦਾ ਪ੍ਰਸ਼ਾਦਾ ਛਕਦਾ ਹੈ। ਔਰ ਦੁਨੀਆਂ ਦੇ ਸਮੁੱਚਿਆਂ ਤੀਰਥਾਂ ਦਾ ਸਿਰਮੌਰ ਤੀਰਥ ਇਸ ਗੁਰੂ ਰਾਮਦਾਸ ਦੀ ਦੇਣ ਹੈ। ਸਭ ਤੋਂ ਵੱਡਾ ਲੰਗਰ ਗੁਰੂ ਰਾਮਦਾਸ ਦੇ ਦਰ ਤੇ ਚੱਲਦਾ ਹੈ ਹਰਿਮੰਦਰ ਸਾਹਿਬ, ਜਿੱਥੇ ਮਨ ਦੀ ਖੁਰਾਕ ਵੀ ਇੰਨੀ ਮਿਲਦੀ ਹੈ ਵੀ 24 ਘੰਟੇ ਕੀਰਤਨ, ਤੇ ਤਨ ਦੀ ਖੁਰਾਕ ਸਦਾ ਹੀ ਲੰਗਰ ਚੱਲਦਾ ਰਹਿੰਦਾ। ਇਹ ਗੁਰੂ ਅਮਰਦਾਸ ਦੇ ਬਚਨ ਹੈ। ਖੈਰ ਧਿਆਨ ਦਿਓ, ਮਾਂ ਨੇ ਗੁਰੂ ਕੇ ਲੜ ਲਾ ਦਿੱਤਾ ਹੈ। ਇੱਕ ਗੱਲ ਦੀ ਸਮਝ ਰੱਖਿਓ ਜਿਹੜੀ ਗੁਰੂ ਰਾਮਦਾਸ ਦੇ ਜੀਵਨ ਤੋਂ ਆਉਂਦੀ ਹੈ। ਸਾਡੇ ਜੀਵਨ ਵਿੱਚ ਕਈ ਵਾਰ ਐਸੇ ਹਾਲਾਤ ਬਣ ਜਾਂਦੇ ਨੇ ਤੇ ਮਾਂ ਪਿਓ ਦੇ ਜਾਣ ਦਾ ਦੁੱਖ ਉਹ ਸਮਝਦਾ ਹੈ ਜਿਹਦੇ ਮਾਂ ਪਿਓ ਉਹਦੇ ਸਿਰ ਤੋਂ ਜਾ ਚੁੱਕੇ ਨੇ, ਦੂਜਾ ਇਹ ਦਰਦ ਮਹਿਸੂਸ ਨਹੀਂ ਕਰ ਸਕਦਾ। ਇਹ ਵਾਧੂ ਦੀਆਂ ਗੱਲਾਂ ਨੇ ਵੀ ਅਸੀਂ ਤੇਰਾ ਦੁੱਖ ਸਮਝਦੇ ਹਾਂ, ਇਹ ਉਦਣ ਸਮਝੇਗਾ ਜਦੋਂ ਇਹਦਾ ਬਾਪੂ ਗਿਆ। ਹਾਲਾਤ ਐਸੇ ਬਣਦੇ ਨੇ ਬੰਦੇ ਤੇ, ਦੁੱਖ ਬੰਦਾ ਸਮਝਦਾ ਹੀ ਉਦੋਂ ਹੈ। ਲੋਕਾਂ ਘਰ ਲੱਗੀ ਬਸੰਤਰ ਹੀ ਲੱਗਦੀ ਹੈ, ਪਤਾ ਆਪਣੇ ਲੱਗੀ ਤੇ ਹੁੰਦਾ ਵੀ ਇਹ ਅੱਗ ਕਿੱਡੀ ਭਿਆਨਕ ਆ। ਫਰੀਦ ਕਹਿੰਦੇ ਅੱਗ ਦੁੱਖ ਦੀ ਬੜੀ ਭਿਆਨਕ ਆ, ਔਰ ਘਰ ਘਰ ਲੱਗੀ ਹੈ, ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ। ਸੱਦੇ ਆ ਰਹੇ ਨੇ, ਕਿਸੇ ਨੂੰ ਕਾਲ ਲੈ ਕੇ ਜਾ ਰਿਹਾ ਹੈ, ਕਿਸੇ ਘਰ ਦੁੱਖ ਦੀ ਘੜੀ ਹੈ, ਕੰਗਾਲ ਤਾਈ ਨੇ ਤੰਬੂ ਲਾਏ ਨੇ। ਦੀਨ ਦੁਨੀਆਂ ਦੇ ਮਾਲਕ ਦੇ ਮਾਤਾ ਪਿਤਾ ਨਹੀਂ, ਸਾਰਿਆਂ ਸਾਥ ਛੱਡ ਦਿੱਤਾ, ਸ਼ਰੀਕਾਂ ਨੇ ਸਾਥ ਛੱਡ ਦਿੱਤਾ। ਹੁਣ ਤੁਸੀਂ ਇੱਕ ਗੱਲ ਵੱਲ ਧਿਆਨ ਦਿਓ ਵੀ ਇੱਕ ਯਤੀਮ ਬੱਚਾ 8ਵੀਂ ਪਹਿਰੀ ਜਿਹਨੂੰ ਕਈ ਵਾਰ ਭੋਜਨ ਨਹੀਂ ਜੁੜਦਾ, ਸੰਗੀ ਸਾਥੀ ਏਦਾਂ ਉੱਡ ਗਏ ਜਿਵੇਂ ਗੁੜ ਮੁੱਕਣ ਤੇ ਮੱਖੀਆਂ ਉੱਡ ਜਾਂਦੀਆਂ, ਰਿਸ਼ਤੇਦਾਰ ਦੇ ਏਦਾਂ ਉੱਡ ਗਏ, ਸਾਥ ਛੱਡ ਗਏ, ਪਿਤਾ ਜੂ ਨਾ ਰਿਹਾ, ਘਰ ਵਿੱਚ ਗਰੀਬੀ ਆ ਗਈ। ਏਡੇ ਵੀ ਮਾੜੇ ਦਿਨ ਤੇਰੇ ਤੇ ਆ ਜਾਣ, ਲੱਖ ਗਰੀਬੀ ਤੇਰੇ ਘਰ ਤੰਬੂ ਲਾ ਲਵੇ, ਲੱਖ ਕੰਗਾਲ ਤਾਈ ਤੇਰੇ ਘਰ ਤੰਬੂ ਲਾ ਲਵੇ, ਸਭ ਯਾਰ ਮਿੱਤਰ ਸਾਗ ਤੇਰਾ ਸਾਥ ਛੱਡ ਜਾਣ, ਕੋਈ ਦੁੱਖ ਵਿੱਚ ਤੇਰੀ ਬਾਹ ਨਾ ਫੜੇ, ਐਸੀ ਦੁੱਖਾਂ ਦੀ ਘੜੀ ਵਿੱਚ ਡੋਲੀ ਨਾ ਗੁਰੂ ਨਾਨਕ ਦੇ ਦਰ ਤੇ ਆ ਜਾ। ਉਹਦੇ ਜੀਵਨ ਤੋਂ ਇਹ ਸੇਧ ਮਿਲਦੀ ਹੈ, ਗੁਰੂ ਨਾਨਕ ਦੇ ਦਰ ਤੇ ਆ ਜਾਵੀਂ, ਗੁਰੂ ਨਾਨਕ ਦੇ ਦਰ ਤੇ ਆ ਕੇ ਸੇਵਾ ਕਰੀ, ਸਿਮਰਨ ਕਰੀ, ਭਜਨ ਕਰੀ, ਇਬਾਦਤ ਕਰੀ। ਇਹ ਬੰਦੇ ਤੈਨੂੰ ਦੱਸ ਦੇਵਾਂ, ਜਿਵੇਂ ਇੱਕ ਯਤੀਮ ਬਾਬਾ ਜੇਠਾ ਗੁਰੂ ਨਾਨਕ ਦੇ ਦਰ ਤੇ ਆ ਗਿਆ, ਨਿਸ਼ਚਾ ਰੱਖੀ, ਸੰਗੀ ਸਾਥੀ ਸੱਜਣ ਮਿੱਤਰ ਛੱਡ ਗਏ, ਪਰ ਗੁਰੂ ਨਾਨਕ ਦੇ ਦਰ ਦੀ ਬਰਕਤ ਐਸੀ ਹੈ ਕਿ ਗਲੀਆਂ ਵਿੱਚ ਕੱਖਾਂ ਵਾਂਗੂ ਰੁਲਦੇ ਬਾਲਕ ਨੂੰ ਕੁੱਲ ਕਾਇਨਾਤ ਦਾ ਮਾਲਕ ਗੁਰੂ ਰਾਮਦਾਸ ਬਣਾ ਦਿੰਦਾ। ਸੰਸਾਰ ਸਾਗਰ ਤੋਂ ਡੁੱਬਦਿਆਂ ਨੂੰ ਦੁੱਖਾਂ ਤੋਂ ਉਭਾਰ ਲੈਂਦਾ ਹੈ, ਯਤੀਮਾਂ ਨੂੰ ਤਖਤਾਂ ਦੇ ਮਾਲਕ ਬਣਾ ਦਿੰਦਾ ਹੈ। ਦੁਖਿਆਰੀ ਘੜੀ ਵਿੱਚ ਆਈ ਇੱਥੇ ਕਿਉਂ ਆਈ, ਕਹਿੰਦੇ ਨੇ ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ, ਦਾ ਗ੍ਰੇਟੈਸਟ ਆਫ ਆਲ ਇਸ ਗੁਰੂ ਨਾਨਕ। ਗੁਰੂ ਨਾਨਕ ਤੋਂ ਵੱਡਾ ਕੋਈ ਨਹੀਂ ਹੈ ਦੁਨੀਆਂ ਤੇ, ਗੁਰੂ ਨਾਨਕ ਤੋਂ ਵੱਡਾ ਦਾਰੀ ਕੋਈ ਨਹੀਂ ਹੈ। ਆ ਤੁਸੀਂ ਵੇਖ ਹੀ ਲਿਆ, ਕਈ ਆਪਣੇ ਵਿੱਚ ਹੁੰਦੇ ਉਹਨਾਂ ਨੂੰ ਸਵਾਦ ਪਿਆ ਹੁੰਦਾ ਵੀ ਇੱਧਰ ਵੀ
ਮੱਥਾ ਟੇਕ ਆਈਏ ਤੇ ਉਧਰ ਵੀ ਟੇਕ ਆਈਏ, ਮੂਰਤਾਂ ਨੂੰ ਵੀ ਪੂਜ ਲਈਏ, ਕਬਰਾਂ ਤੇ ਵੀ ਦੀਵੇ ਜਗਾ ਆਈਏ, ਤੇ ਜੇ ਕੋਈ ਦੇਹਧਾਰੀ ਗੁਰੂ ਬਣਿਆ ਹੈ ਤੇ ਉਹਦੇ ਵੀ ਲੱਤਾਂ ਘੁੱਟ ਆਈਏ। ਨਾ ਤੇ ਕਬਰਾਂ ਨੇ ਕੁਝ ਸਵਾਰਿਆ, ਨਾ ਜੜ ਪੱਥਰ ਨੇ ਕੁਝ ਦੇਣਾ ਹੈ, ਤੇ ਜਿਨ੍ਹਾਂ ਨੂੰ ਦੇਹਧਾਰੀ ਗੁਰੂ ਬਣਾ ਲੈਨੇ ਉਹਨਾਂ ਦੀ ਬੇੜੀ ਤੇ ਤੁਸੀਂ ਡੁੱਬਦੀ ਵੇਖ ਹੀ ਲੈਂਦੇ ਜੇ। ਹੋਰਾਂ ਨੂੰ ਕੀ ਤਾਰੇਗਾ, ਕੋਈ ਵੀ ਹੈ ਜਿਹੜਾ ਵੀ ਆਪਣੇ ਆਪ ਲਈ ਦਾਵਾ ਕਰਦਾ ਪਿਆ ਵੀ ਸੱਚਾ ਸਤਿਗੁਰੂ ਹੈ ਤੇ ਸੱਚਾ ਤੇ ਭਵ ਸਾਗਰ ਤੋਂ ਤਾਰਦਾ ਹੈ, ਸੱਚੇ ਨੇ ਤਾਰਿਆ ਕਿ ਨਹੀਂ? ਸਨਾਤਨ ਮਤ, ਹਿੰਦੂ ਮਤ ਅੱਜ ਦੁਨੀਆਂ ਤੇ ਨਾ ਹੁੰਦਾ ਜੇ ਬਾਣੀ ਇਹ ਗੱਲ ਦਾਵੇ ਨਾਲ ਕਹਿੰਦੀ ਪਈ ਹੈ ਵੀ ਜੇ ਗੁਰੂ ਤੇਗ ਬਹਾਦਰ ਨਾ ਹੁੰਦੇ ਤੇ। ਸੱਚਾ ਗੁਰੂ ਤੇ ਬਚਾਉਂਦਾ ਹੈ ਤਿਲਕ ਜੰਝੂ ਰਾਖਾ ਪਰਮਤਾ, ਤੇ ਇੱਥੇ ਸੱਚੇ ਖਵਾਉਣ ਵਾਲੇ ਆਪ ਡੁੱਬੇ ਨੇ, ਹੋਰਾਂ ਨੂੰ ਕੀ ਉਹਨਾਂ ਨੇ ਉਭਾਰਨਾ ਹੈ? ਉਹ ਠੀਕ ਹੈ ਭਾਈ, ਤੇਰੀ ਬੰਦਗੀ ਹੈ, ਮੁਬਾਰਕ ਹੈ, ਮੁਬਾਰਕ ਹੈ, ਸੰਤ ਦਾ ਅਦਬ ਕਰੋ, ਸਤਿਕਾਰ ਕਰੋ। ਮੁਸ਼ਕਲ ਇਹ ਹੈ ਵੀ ਜਦੋਂ ਵੱਧ ਕੇ ਉਹਨੂੰ ਸੱਚਾ ਸਤਿਗੁਰੂ ਲਾ ਲੈਂਦੇ ਜੇ ਤੁਸੀਂ, ਥੋੜੇ ਸਮੇਂ ਬਾਅਦ ਉਹਦੇ ਛੇਕ ਵੀ ਨੰਗੇ ਹੋ ਜਾਂਦੇ ਨੇ, ਉਹਦੀ ਬੇੜੀ ਡੁੱਬਦੀ ਵੀ ਵਿਖਾ ਦਿੰਦਾ। ਪਰਮਾਤਮਾ ਵੀ ਬੜੇ ਭੁਲੇਖੇ ਵਿੱਚ ਜੀਵਨ ਗਾਲ ਬੈਠਾ ਹੈ, ਜਿਹੜੇ ਆਪ ਡੁੱਬਦੇ ਨੇ ਤੈਨੂੰ ਨਹੀਂ ਤਾਰ ਸਕਦੇ। ਇੱਕ ਅਕਾਲ ਪੁਰਖ ਦੇ ਬੋਲ, ਅਕਾਲ ਪੁਰਖ ਦੀ ਉਸਤਤੀ, ਰੱਬ ਦੇ ਗੀਤ ਗਾਇਆ ਕਰ ਜਿਹੜੇ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੇ ਨੇ। ਰੱਬ ਹੀ ਪੈਦਾ ਕਰਨ ਵਾਲਾ ਤੇ ਉਹੀ ਤੈਨੂੰ ਡੁੱਬਣੋਂ ਬਚਾਉਣ ਵਾਲਾ ਹੈ। ਰੱਬ ਦੇ ਗੀਤ ਗਾਇਆ ਕਰ, ਉਹਦੇ ਗੁਣ ਗਾਇਆ ਕਰ। ਖੈਰ, ਗੀਤ ਲੈ ਕੇ ਆਉਣ ਵਾਲੇ ਗੁਰੂ ਨਾਨਕ ਨੇ, ਉਹਦਾ ਸਰਗੁਣ ਸਰੂਪ ਨੇ, ਫਿਰ ਆਪਾਂ ਕਹਿ ਦਿੰਦੇ ਹਾਂ ਸਭ ਤੇ ਵੱਡਾ ਸਤਿਗੁਰ ਨਾਨਕ। ਜੇ ਵੱਡਾ ਨਾ ਹੁੰਦਾ ਤੇ ਕਸ਼ਮੀਰ ਦੇ ਪੰਡਿਤ ਅਨੰਦਪੁਰ ਸਾਹਿਬ ਕਦੇ ਵੀ ਨਾ ਜਾਂਦੇ। ਪਤਾ ਸੀ ਹੁਣ ਕੋਈ ਨੀ ਬੋੜੇਗਾ, ਦੇਵੀ ਦੇਵਤਾ ਬਚਾਉਣ ਵਾਲਾ ਇਹੀ ਕਰ ਰਿਹਾ। ਖੈਰ, ਤੇ ਜਿਹੜੇ ਫਿਰ ਸਾਡੇ ਵਰਗੇ ਇਹ ਇਤਿਹਾਸ ਬਾਣੀ ਨੂੰ ਜਾਣਦੇ ਹੋਏ ਵੀ ਇੱਧਰ ਉੱਧਰ ਭਟਕਦੇ ਨੇ, ਮੈਂ ਕਈ ਵਾਰ ਸੋਚਦਾ ਨਾ ਵੀ ਫਿਰ ਚੱਪਣੀ ਚਾਹੀਦੀ ਹੈ ਨੱਕ ਡੋਬਣ ਨੂੰ, ਹੋਰ ਤੇ ਨਹੀਂ ਨਾ ਕੁਝ। ਇੱਕ ਤੇ ਹੈ ਅਣਜਾਣ, ਭੋਲਾ, ਗਾਫਲ, ਸਮਝ ਨਹੀਂ ਹੈ। ਬਾਣੀ ਵੀ ਰੋਜ਼ ਪੜ੍ਹਦੇ ਹਾਂ, ਸੁਣਦੇ ਵੀ ਰੋਜ਼ ਆ, ਗਾਤਰੇ ਵੀ ਗੁਆਂਢੀਆਂ ਨੂੰ ਵੱਡੇ ਲਏ ਨੇ ਅਸੀਂ ਐਤਕੀ, ਫਿਰ ਕਬਰਾਂ ਤੇ, ਫਿਰ ਦੇਹਧਾਰੀਆਂ ਕੋਲ। ਇਹ ਖੇਡ ਠੀਕ ਨਹੀਂ ਹੈ। ਕਹਿੰਦੇ ਗਾਫਲ ਹੋ ਜਾ, ਅਵਿਦਿਆ ਵਿੱਚ ਹੈ, ਭੁਲੇਖੇ ਵਿੱਚ ਹੈ। ਡੁੱਬਦੇ ਦੀ ਯਾਰੀ ਕਈ ਵਾਰ ਡੋਬ ਦਿੰਦੀ ਹੈ। ਅਕਾਲ ਪੁਰਖ ਦੇ ਗੁਣ ਗਾਇਆ ਕਰ, ਦੁੱਖਾਂ ਦੇ ਸਾਗਰ ਰਹਿਤ ਕਰ ਦੇਵੇਗਾ, ਨਜ਼ਾਕਤ ਬਖਸ਼ੇਗਾ। ਖੈਰ, ਡੋਲੀ ਨਾ ਕਹਿੰਦੇ ਜੇ ਐਸੇ ਹਾਲਾਤ ਆ ਜਾਣ ਨਾ ਤੇਰੇ ਤੇ। ਗੁਰੂ ਨਾਨਕ ਦੇ ਘਰ ਦੀ ਗੱਲ ਤਾਂ ਹੈ, ਗੁਰੂ ਨਾਨਕ ਕੇਵਲ ਅਕਾਲ ਪੁਰਖ ਨਾਲ ਜੋੜਦੇ ਨੇ, ਕਰਿਤ ਨਾਲ ਨਹੀਂ, ਕਰਤੇ ਨਾਲ। ਕਹਿੰਦੇ ਜਾਂ ਕੋ ਮੁਸ਼ਕਲ ਅਤ ਬਨ, ਢੋਈ ਕੋਏ ਨਾ ਦੇ। ਹਰ ਮਨੁੱਖ ਦੇ ਜੀਵਨ ਵਿੱਚ ਸੁੱਖ ਦੁੱਖ ਆਉਂਦਾ ਹੈ, ਔਰ ਸਾਡੇ ਜੀਵਨ ਵਿੱਚ ਕਈ ਵਾਰ ਐਸੀ ਘੜੀ ਆ ਜਾਂਦੀ ਹੈ ਅਤ ਦੀ ਮੁਸ਼ਕਲ, ਕੋਈ ਆਸਰਾ ਨਹੀਂ, ਕੋਈ ਆਸਰਾ ਨਹੀਂ ਹੈ। ਹਰ ਇੱਕ ਦੇ ਜੀਵਨ ਵਿੱਚ ਐਸੀ ਘੜੀ ਆਉਂਦੀ ਹੈ। ਖੈਰ, ਐਸੀ ਘੜੀ ਆ ਜਾਵੇ, ਸੱਜਣ ਮਿੱਤਰ ਤੇਰਾ ਸਾਥ ਛੱਡ ਦੇਣ, ਜਾਂ ਕੋ ਮੁਸ਼ਕਲ ਅਤ ਬਣੈ, ਢੋਈ ਕੋਏ ਨਾ ਦੇ। ਲਾਗੂ ਹੋਏ ਦੁਸ਼ਮਣਾ ਸਾਕ, ਭੀ ਭੱਜ ਖਲੇ। ਦੁਸ਼ਮਣ ਵੀ ਸਾਰੇ ਤੇਰੇ ਵੈਰ ਪੈ ਜਾਣ, ਸਾਕ ਸੰਗੀ ਸਾਥ ਛੱਡ ਦੇਣ। ਇੱਥੋਂ ਤੱਕ ਕਹਿੰਦੇ ਸਭੋ ਭੱਜੈ ਆਸਰਾ, ਚੂਕੈ ਸਭ ਅਸਰਾਓ। ਸਾਰੇ ਨਿੱਕੇ ਮੋਟੇ ਆਸਰੇ ਜੋ ਹੋਰ ਤੂੰ ਸੋਚ ਕੇ ਬੈਠਾ ਸੀ, ਉਹ ਸੱਜਣ ਮਿੱਤਰ ਸਾਥ ਛੱਡ ਗਏ। ਮਾਇਆ ਨੇ ਸਾਥ ਛੱਡ ਦਿੱਤਾ, ਪਰਿਵਾਰ ਨੇ ਸਾਥ ਛੱਡ ਦਿੱਤਾ, ਹਾਲਾਤ ਐਸੇ ਬਣ ਗਏ। ਸਭੋ ਭੱਜੇ ਆਸਰਾ, ਚੂਕੈ ਸਭ ਅਸਰਾਓ, ਚਿੱਤ ਆਵੈ ਉਸ ਪਾਰ ਬ੍ਰਹਮ, ਲੱਗੇ ਨਾ ਤਤੀ ਕਿਤੇ ਚੇਤੇ, ਹਜਾਵੇ ਨਾਨਕ ਨਿਰੰਕਾਰੀ। ਤੇ ਤੱਤੀ ਵਾਹ ਨਹੀਂ ਲੱਗਣ ਦਿੰਦਾ, ਜਿਵੇਂ ਬਾਬੇ ਜੇਠੇ ਨੂੰ ਨਹੀਂ ਲੱਗਣ ਦਿੱਤੀ। ਐਸੀ ਬਖਸ਼ਿਸ਼ ਹੈ ਉਸ ਘਰ ਦੀ,